ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਸਗੋਂ ਨਸ਼ੇ ਦੇ ਵਿੱਚ ਪੰਜਾਬ ਵਸਦਾ ਹੈ ਕਿਉਂਕਿ ਸੂਬੇ ਦੇ ਵਿੱਚ ਨਸ਼ਾ ਇਸ ਕਦਰ ਆਪਣੇ ਪੈਰ ਪਸਾਰ ਚੁੱਕਿਆ ਹੈ ਕਿ ਆਏ ਦਿਨ ਨਸ਼ੇੜੀਆਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਕਦੇ ਨਸ਼ੇੜੀ ਨਾਲੇ ਦੇ ਵਿੱਚ ਡਿੱਗੇ ਹੋਏ ਨਜ਼ਰ ਆਉਂਦੇ ਨੇ ਤੇ ਕਦੇ ਝਾੜੀਆਂ ਦੇ ਵਿੱਚ ਤਾਜ਼ੀਆਂ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੇਹੋਸ਼ੀ ਦੀ ਹਾਲਤ ਵਿੱਚ ਦੋ ਨੌਜਵਾਨ ਝਾੜੀਆਂ ਦੇ ਵਿੱਚ ਡਿੱਗੇ ਮਿਲੇ ਨੇ ਦੋਵੇਂ ਨੌਜਵਾਨ ਨਸ਼ੇ ਦੀ ਓਵਰਡੋਜ਼ ਕਰਕੇ ਬੇਹੋਸ਼ ਪਾਏ ਗਏ ਨੇ ਝਾੜੀਆਂ ਦੇ ਵਿੱਚ ਲੁੱਕ ਕੇ ਨਸ਼ੇ ਦਾ ਸੇਵਨ ਕਰ ਰਹੇ ਸਨ ਜੋ ਕਿ ਬੇਹੋਸ਼ ਪਾਏ ਗਏ ਨੇ ਨੌਜਵਾਨਾਂ ਦੇ ਕੋਲੋਂ ਇੰਜੈਕਸ਼ਨ ਅਤੇ ਨਸ਼ਾ ਵੀ ਮਿਲਿਆ ਤਸਵੀਰਾਂ ਪਿੰਡ ਵਾਖਾ ਤੋਂ ਸਾਹਮਣੇ ਆਈਆਂ ਨੇ ਹਰਥਾਨ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਮਿਲੋ ਪੰਡਿਤ ਵਿਜੇ ਸ਼ਾਸਤਰੀ ਸਮੱਸਿਆ ਜਿਵੇਂ ਘਰੇਲੂ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਬਿਮਾਰੀ ਦੇ ਵਿੱਚ ਦਵਾਈ ਦਾ ਨਾ ਲੱਗਣਾ ਕੰਮ ਦਾ ਬਣਦੇ ਬਣਦੇ ਵਿਗੜ ਜਾਣਾ ਕਾਰੋਬਾਰ 'ਚ ਰੁਕਾਵਟ ਵਿਦੇਸ਼ ਯਾਤਰਾ 'ਚ ਰੁਕਾਵਟ ਘਰ ਦੇ ਵਿੱਚ ਖੂਨ ਦੇ ਛਿੱਟੇ ਆਉਣਾ ਪੜ੍ਹਾਈ ਦੇ ਵਿੱਚ ਮਨ ਦਾ ਨਾ ਲੱਗਣਾ ਮਨ 'ਚ ਆਇਆ ਪਿਆਰ ਪਿਆਰ ਦੇ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਪੰਡਿਤ ਵਿਜੇ ਸ਼ਾਸਤਰੀ ਜੀ ਮੋਬਾਈਲ ਨੰਬਰ 9876192638 ਭਾਅ ਜੀ ਜਿੱਥੇ ਅੱਜ ਸਾਰੀ ਮੁਲਕ ਜਿਹੜਾ ਉਹ ਦੀਵਾਲੀ ਮਨਾ ਰਿਹਾ ਪਰ ਇੱਥੇ ਵਾਂਖੇ ਦੇ ਵਿੱਚ ਜਿਹੜਾ ਹੈ ਅੱਜ ਵੀ ਜਿਹੜਾ ਉਹ ਚਿੱਟੇ ਦਾ ਦਰੁੰਦਾ ਚੱਲਦਾ ਔਰ ਦੋ ਨੌਜਵਾਨ ਜਿਹੜੇ ਆ ਉਹ ਇੱਥੇ ਲੱਭੇ ਨੇ ਕੀ ਕਹਿਣਾ ਚਾਹੁੰਦੇ ਹੋ ਵਾਂਖੇ ਦੇ ਵਿੱਚ ਵੀ ਦੀਵਾਲੀ ਮਨਾਈ ਜਾ ਰਹੀ ਹੈ ਪਰ ਉਹ ਚਿੱਟੇ ਦੇ ਸੌਦਾਗਰਾਂ ਵੱਲੋਂ ਮਨਾਈ ਜਾ ਰਹੀ ਹੈ ਇਸ ਵਾਂਖੇ ਨੂੰ ਚਿੱਟੇ ਦੀ ਰਾਜਧਾਨੀ ਕਹਿ ਲਓ ਤੇ ਤਾਂ ਵੀ ਕੋਈ ਝੂਠ ਨਹੀਂ ਹੈਗਾ ਚਿੱਟੇ ਦੀ ਰਾਜਧਾਨੀ ਕਹਿ ਲਓ ਤੇ ਤਾਂ ਵੀ ਕੋਈ ਝੂਠ ਨਹੀਂ ਹੈਗਾ ਤੁਸੀਂ ਆਹ ਦੇਖ ਸਕਦੇ ਹੋ ਪਿਛਲੇ ਪਾਸੇ ਆ ਤੇ ਗਾਂਧਾ ਬੂਟੇ ਉੱਗੇ ਦੇ ਆ ਭੰਗ ਭੁੰਗ ਦੇ ਸਾਰੇ ਇਲਾਕੇ ਦੇ ਬਟਾਲੇ ਤੱਕ ਪਠਾਨਕੋਟ ਤੱਕ ਲੋਕ ਆ ਗਏ ਵਾਂਖੇ ਚੋਂ ਚਿੱਟਾ ਲੈ ਕੇ ਤੇ ਇੱਥੇ ਏਦਾਂ ਦੀ ਜਮਾਂ ਦੇ ਉੱਤੇ ਆ ਗਏ ਟੀਕਾ ਲਾ ਕੇ ਤੇ ਜਾਂਦੇ ਨੇ ਅੱਜ ਇੱਥੇ ਤਿੰਨ ਨੌਜਵਾਨ ਆਏ ਆ ਜੀ ਚਸ਼ਮਦੀਦਾਂ ਦੇ ਮੁਤਾਬਕ ਤਿੰਨ ਨੌਜਵਾਨ ਆਏ ਇੱਥੇ ਤਿੰਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਟੀਕਾ ਲਾ ਕੇ ਨਿਕਲ ਗਿਆ ਦੋ ਇੱਥੇ ਬੇਸੁੱਧ ਹੋ ਕੇ ਡਿੱਗ ਪਏ ਨੇ ਉਹਨਾਂ ਦੇ ਮੂੰਹ ਚੋਂ ਝੱਗ ਚੱਲ ਰਹੀ ਹੈਗੀ ਮੇਰਾ ਨੀ ਖਿਆਲ ਹੈਗਾ ਵੀ ਉਹਨਾਂ ਦਾ ਬਚਾਅ ਹੋਏਗਾ ਉਹਦੇ ਵਿੱਚੋਂ ਤੇ ਇੱਕ ਦੇ ਜ਼ਿਆਦਾ ਸੀਰੀਅਸ ਹੈਗਾ ਅਸੀਂ ਉਹਨਾਂ ਦੀ ਜੇਬ 'ਚ ਫੋਨ ਲੈ ਕੇ ਉਹਨਾਂ ਦੇ ਮਾਂ ਪਿਓ ਨੂੰ ਫੋਨ ਕੀਤਾ ਹੈਗਾ ਉਹਦੀ ਮਦਰ ਆਈ ਆ ਉਹਨਾਂ ਨੂੰ ਆਟੋ 'ਚ ਲੈ ਕੇ ਪੁਲਿਸ ਆਈ ਆ ਹੁਣੇ ਉਹਨਾਂ ਨੂੰ ਲੈ ਕੇ ਗਿਆ ਗਿਆ ਮੇਰੀ ਹੱਥ ਜੋੜ ਕੇ ਭਗਵੰਤ ਮਾਨ ਅੱਗੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਪੁਲਿਸ ਅੱਗੇ ਅਪੀਲ ਆ ਕਿ ਜਿਹੜਾ ਨਸ਼ੇ ਦਾ ਦਰਿਆ ਇੱਕ ਪੰਜਵਾਂ ਦਰਿਆ ਤੇ ਛੇਵਾਂ ਦਰਿਆ ਵਗ ਰਿਹਾ ਵਾਂਖੇ ਦੇ ਵਿੱਚ ਉਹਨੂੰ ਠੱਲ ਪਾਈ ਜਾਏ ਜਾਂ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ 'ਚ ਸੁੱਟਿਆ ਜਾਏ ਇਹਨਾਂ ਦੀ ਜਾਇਦਾਦਾਂ ਕੁਰਕ ਕੀਤੀਆਂ ਜਾਣ ਤਾਂ ਜੋ ਜਵਾਨੀ ਹੈ ਜਿਹੜੀ ਪੰਜਾਬ ਦੀ ਉਹ ਬਚ ਸਕੇ ਸਾਡੇ ਬੱਚੇ ਇੱਦਾਂ ਗੰਦ ਗੰਦ 'ਚ ਪੈ ਕੇ ਰੁਲ ਡੇ ਹੈਗੇ ਆ ਰੋਣਾ ਆਉਂਦਾ ਉਹਨਾਂ ਦੀ ਹਾਲਤ ਵੇਖ ਕੇ ਪ੍ਰਸ਼ਾਸਨ ਅੱਗੇ ਆਹੋ ਅਪੀਲ ਆ ਵੀ ਆਹ ਗੰਦ ਆ ਜਿਹੜਾ ਮੁਕਾ ਦਿਓ ਸਾਨੂੰ ਕੋਈ ਪਿੰਡ ਦੀਆਂ ਗਲੀਆਂ ਨਾਲੀਆਂ ਸਟਰੀਟ ਲਾਈਟਾਂ ਸਕੂਲ ਕਾਲਜ ਸਾਨੂੰ ਕੁਛ ਨਹੀਂ ਚਾਹੀਦਾ ਸੱਤਾ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਔਰ ਤੁਸੀਂ ਵੀ ਉਹਦੇ ਨੁਮਾਇੰਦੇ ਹੋ ਇੱਕ ਇੱਥੋਂ ਦੇ ਤੇ ਤੁਹਾਡੇ ਵੱਲੋਂ ਵਾਂਖੇ ਦੇ ਲਈ ਖਾਸ ਕਰ ਕੀ ਕਦਮ ਚੁੱਕੇ ਜਾ ਰਹੇ ਅਸੀਂ ਤੇ ਘੱਟ ਸੋ ਘੱਟ ਵੀ ਨਾ ਤੇ ਘਰ ਘਰ ਵੀ ਇਹਨਾਂ ਨੂੰ ਅਪੀਲ ਕੀਤੀ ਆ ਸਾਰਿਆਂ ਨੂੰ ਅਪੀਲ ਕੀਤੀ ਹੈਗੀ ਆ ਵੀ ਇਹ ਨਸ਼ੇ ਦਾ ਕਾਰੋਬਾਰ ਬੰਦ ਕਰ ਦਿਓ ਨਸ਼ੇ ਦਾ ਕਾਰੋਬਾਰ ਬੰਦ ਕਰ ਦਿਓ ਬਾਰ ਬਾਰ ਸਾਡੇ ਕਹਿਣ ਦੇ ਬਾਵਜੂਦ ਵੀ ਪੁਲਿਸ ਵੱਲੋਂ SSP ਸਾਹਿਬ ਤੱਕ ਵੀ ਰੇਡ ਕਰਨ ਦੇ ਬਾਵਜੂਦ ਵੀ ਇਹ ਨਸ਼ੇ ਦੇ ਸੌਦਾਗਰ ਆ ਜਿਹੜੇ ਆ ਥੱਲੇ ਨਹੀਂ ਪਏ ਜੀ ਪਰ ਕੀ ਲੱਗਦਾ ਨੀਟੂ ਜੀ ਤਿੰਨ ਵਾਰੀ ਤਿੰਨ ਦੋ ਤੋਂ ਤਿੰਨ ਵਾਰੀ ਜਿਹੜੀ ਇੱਥੇ ਰੇਡ ਪੈ ਚੁੱਕੀ ਉਹ ਵੱਡੇ ਲੈਵਲ ਦੀ ਰੇਡ ਪਈ ਆ ਔਰ ਕੁਝ ਵੀ ਨਹੀਂ ਲੱਭਦਾ ਉਸ ਉਹ ਰੇਡ ਆ ਨਾ ਜਿਹੜੀ ਉਹ ਰੇਡ ਪੈਣ ਤੋਂ ਪਹਿਲੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਪੁਲਿਸ ਆ ਰਹੀ ਹੈ ਇਹ ਉਦਣ ਮਿੰਨੀ ਗੋਆ ਇੱਧਰ ਘੁੰਮਣ ਚੱਲ ਜਾਂਦੇ ਆ ਡਲੋ ਜੀ ਵੀ ਇੱਕ ਦਿਨ ਅਸੀਂ ਘੁੰਮ ਫਿਰਾਂਦੇ ਆ ਆਈ ਕੱਲ੍ਹ ਇੱਥੇ ਕਢਾਉਣਾ ਉਹ ਰੇਡ ਦੀ ਜਿਹੜੀ ਹੈਗੀ ਆ ਆਮ ਬੰਦੇ ਨੂੰ ਪਰੇਸ਼ਾਨੀ ਹੁੰਦੀ ਆ ਜਿਹੜੇ ਆ ਮੇਰੇ ਤੇਰੇ ਵਰਗੇ ਰਾਹਗੀਰ ਲੰਘ ਰਹੇ ਹੁੰਦੇ ਆ ਪੁਲਿਸ ਉਹਨਾਂ ਨੂੰ ਡਾਕੇ ਪਰੇਸ਼ਾਨ ਕਰਦੀ ਆ ਇਹਨਾਂ ਦੇ ਕੁਝ ਵੀ ਨਹੀਂ ਹੁੰਦਾ ਨਾਲੇ ਚਿੱਟਾ ਜਿਹੜਾ ਛੋਟੀ ਮਾਤਰਾ 'ਚ ਹੁੰਦਾ ਇਹ ਤਾਂ ਬੁਲਾਉਂਦਾ ਹੀ ਨਹੀਂ ਪੁਲਿਸ ਆਉਣ ਤੋਂ ਇਹਨਾਂ ਦੇ ਬੜੇ ਵੱਡੇ ਸੈੱਲ ਹੈਗੇ ਆ ਪੁਲਿਸ ਜਾਣ ਤੋਂ ਪਹਿਲਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਰੇਡ ਹੋਣ ਵਾਲੀ ਆ ਹੁਣ ਨੌਜਵਾਨ ਕਿੱਥੇ ਭੇਜੇ ਆ ਜੀ ਨੌਜਵਾਨ ਸਿਵਲ ਹਸਪੀਟਲ ਪੁਲਿਸ ਆਈ ਆ ਉਹ ਹਸਪੀਟਲ ਲੈ ਕੇ ਗਏ ਉਹਨਾਂ ਨੂੰ ਜੀ ਉਹਦੇ ਵਿੱਚੋਂ ਇੱਕ ਦੀ ਹਾਲਤ ਜਿਹੜੀ ਉਹ ਕ੍ਰਿਟੀਕਲ ਆ ਇੱਕ ਥੋੜਾ ਗੋਚ ਕਰ ਰਿਹਾ ਪਾਣੀ ਪੁਲਿਸ ਕਿਹੜਾ ਨਸ਼ਾ ਚਿੱਟਾ ਲਾਇਆ ਸੀ ਚਿੱਟਾ ਉਹਨਾਂ ਨੇ ਇੰਜੈਕਸ਼ਨ ਲੱਗੇ ਉਹਨਾਂ ਦੇ ਬਾਹਾਂ ਦੇ ਉੱਤੇ ਇੰਜੈਕਸ਼ਨ ਸਾਫ ਦਿਖਾਈ ਦੇ ਰਿਹਾ ਲਾਗੇ ਇੰਜੈਕਸ਼ਨ ਸਰਿੰਜਾਂ ਪਈਆਂ ਉਹ ਪੰਨੀਆਂ ਪਈਆਂ ਕਿ ਪਤਾ ਨੌਜਵਾਨ ਕਿੱਥੋਂ ਦੇ ਸੀ ਲੋਕਲ ਸੀ ਕਿ ਬਾਹਰੋਂ ਸੀ ਨਹੀਂ ਆ ਬਟਾਲੇ ਦਾ ਕੰਮ ਦੇ ਭਰਿਆ ਜਿਹੜੇ ਨੌਜਵਾਨ ਆ ਗਏ ਪ੍ਰੇਮ ਨਗਰ ਗੁਰਦਾਸਪੁਰ ਤੇ ਡਾਕਨਾ ਮੱਲਾ ਗੁਰਦਾਸਪੁਰ ਪਰ ਇੱਥੇ ਜੇ ਵਾਂਖੇ ਦੇ ਵਿੱਚ ਮਿਲਦਾ ਤੇ ਨੌਜਵਾਨਾਂ ਦੇ ਦੱਸਣ ਮੁਤਾਬਕ ਉਹ ਇਸ ਪਿੰਡ ਦੇ ਵਿੱਚ ਨਸ਼ਾ ਲੈਣ ਦੇ ਲਈ ਆਏ ਸਨ ਅਤੇ ਇੱਥੇ ਹੀ ਉਹਨਾਂ ਨੇ ਨਸ਼ੇ ਦਾ ਸੇਵਨ ਕਰ ਲਿਆ ਤੇ ਬੇਹੋਸ਼ ਹੋ ਕੇ ਝਾੜੀਆਂ ਦੇ ਵਿੱਚ ਡਿੱਗ ਗਏ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਵੱਡੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਇਹ ਕੀ ਹੋ ਰਿਹਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਨੌਜਵਾਨਾਂ ਦੀ ਇਸ ਹਾਲਤ ਦਾ ਜ਼ਿੰਮੇਵਾਰ ਕੌਣ ਹੈ
दुखी भैन भरावां दे सच्चे हमदर्द। मियां बिलाल खान मोबाइल नंबर 98787-17500। मेरे कीते नूं मेरे तो अलावा कोई कट नहीं सकदा, 100% गारंटी नाल पाओ हर परेशानी दा हल। परेशानी जिवें लव मैरिज, प्यार च धोखा, प्रेमी प्रेमिका च झगड़ा, सौतन दुश्मन दा खात्मा, तलाक केस, जमीनी झगड़ा, कर्जा मुक्ति, विदेश यात्रा, विदेश च पक्के होना, लाटरी नंबर पाओ 649 होवे जां लोटो मैक्स, गुप्त वशीकरण करवाओ, मन चाह प्रेमी प्रेमिका अपने वस विच करो, प्यार च धोखा खा चुके प्रेमी प्रेमिका एक बार जरूर संपर्क करन, मैं तुहाडा प्यार टुट नहीं देवांगा। मियां बिलाल खान मोबाइल नंबर 98787-17500। खबर की ताज़ा अपडेट के लिए साड़े YouTube चैनल नूं सब्सक्राइब करो, Facebook चैनल नूं लाइक अते शेयर करो।